ਇੱਕ ਬਈ ਗੱਲ ਕਹਿਣੀ ਚਾਹੁੰਦਾ, ਜਿਹੜੇ ਪੀੜ ਚੋਂ ਆਪਾਂ ਲੰਘੇ ਹਾਂ, ਇਹਨੂੰ ਮੈਂ ਆਉਣਾ ਨਾ ਵੀ ਤੂੰ ਕਿਸੇ ਰੈਸਟੋਰੈਂਟ 'ਚ ਜਾਂਦੇ ਹਾਂ ਜਾਂ ਕਿਤੇ ਖਾਣ ਪੀਣ ਬਹਿੰਦੇ ਹਾਂ ਆਪਾਂ, ਤੁਸੀਂ ਸੰਗਦੇ ਕਾਹਤੋਂ? ਆਪਾਂ ਨੂੰ ਤਾਂ ਇੰਗਲਿਸ਼ ਨਹੀਂ ਆਉਂਦੀ ਸੀ, ਆਪਾਂ ਨੂੰ ਮੌਤ ਸਾਰਿਆਂ ਨਾਲ ਵੱਡੀ ਬਿਮਾਰੀ ਇਹ ਸੀ, ਆਪਾਂ ਨੂੰ ਉਹ ਚੀਜ਼ ਦੱਸਣੀ ਨਹੀਂ ਆਉਂਦੀ ਜਿਹੜੀ ਖਾਣੀ ਆ। ਆਹੋ, ਕਈ ਵਾਰੀ ਤੱਕ ਸੁੱਤਾ ਹੀ ਹੋ ਜਾਂਦਾ ਕੰਮ। ਹੁਣ ਆਪਾਂ ਜਾਤ ਪਾਤ ਦੇ ਤਾਂ ਨਹੀਂ ਗੱਲ ਕਰਦੇ, ਜਿਹੜੇ ਸ਼ਹਿਰੀ ਲੋਕ ਹੁੰਦੇ ਆ, ਸ਼ਹਿਰੀਆਂ ਦੇ ਜਵਾਕ ਤੇ ਸ਼ਹਿਰੀ ਆਪ ਦੇਖ ਲਿਓ ਤੁਸੀਂ, ਉਹਦੇ ਕੋਲੇ 5 ਰੁਪਈਏ ਜਾਂ 10 ਰੁਪਈਏ ਵੀ ਹੋਏ ਨਾ, ਉਸ ਕੌਨਫੀਡੈਂਸ ਇੰਨਾ ਹੋਊਗਾ ਗੱਲ ਹੀ ਛੱਡ ਦੇ। ਤੇ ਆਪਣੇ 'ਚ ਤੇ ਆਪਣੇ ਬਜ਼ੁਰਗਾਂ ਕੋਲੇ ਆਪਣੀ ਜੇਬ 'ਚ 1 ਲੱਖ ਰੁਪਈਆ ਵੀ ਹੋ ਗਿਆ ਨਾ, ਤੁਸੀਂ ਸਭ ਵੇ ਜਾਵੜੇ ਕਿਤੇ ਉਹ ਜੀ ਥਾਂ ਤੇ ਜਾਵੜੇ, ਕੌਨਫੀਡੈਂਸ ਜ਼ੀਰੋ ਜਮਾਂ ਹੀ। ਜੇਬ 'ਚ 1 ਲੱਖ ਰੁਪਈਆ ਤੇ ਪਰ ਤੁਸੀਂ ਕੋਈ ਚੀਜ਼ ਇੰਨੀ ਕੌਨਫੀਡੈਂਸ ਨਾਲ ਨਹੀਂ ਕਹਿ ਸਕਦੇ ਵੀ ਉਹ ਦੇ ਦੇ ਉਹ ਦੇ ਦੇ। ਤੇ ਜਿਹੜੇ ਸ਼ਹਿਰੀ ਇਹ ਆ, ਉਹਨਾਂ ਕੋਲੇ ਰੁਪਈਏ ਭਾਉਂਦੀ 10 ਹੋਣ, ਕੌਨਫੀਡੈਂਸ ਇੰਨਾ ਵੱਧ ਧੁੱਕੀਆਂ ਮਿਲਦੇ। ਸਾਡੇ ਨਾਲ ਬਹੁਤ ਵਾਰੀ ਹੋਈ ਆ, ਸਾਡੇ ਵੀ ਤੈਨੂੰ ਮੈਂ ਆਹਣਾ, ਤੂੰ ਤੂੰ ਖੁੱਲ੍ਹ ਕੇ ਗੱਲ ਕਰਖਾਂ, ਤੂੰ ਪੰਜਾਬੀ 'ਚ ਬੋਲ ਜਿਹੜੀ ਚੀਜ਼। ਮੈਂ ਅਸੀਂ ਦਿੱਲੀ ਗਏ ਲੈਪਟੋਪ ਲੈਣ, ਮੈਂ ਤੁਹਾਨੂੰ ਦੱਸਿਆ ਵੀ ਸੀ, ਹਾਂ ਮੈਂ ਹੁਣ ਬਹੁਤ ਇਸ ਕੰਮ 'ਚ ਹੋਇਆ, ਅਤੇ ਦਿੱਲੀਓਂ ਆਈਏ ਅਸੀਂ, ਮੈਂ ਉੱਠ ਕੇ ਖੜਾ ਹੋ ਗਿਆ ਬੱਸ 'ਚ, ਮੈਂ ਕਿਹਾ ਬਾਈ ਮੈਨੂੰ ਬਾਥਰੂਮ ਆਉਂਦਾ, ਬੱਸ ਰੋਕ। ਉਹ ਕਹਿੰਦਾ 5 ਮਿੰਟ ਵੇਟ ਕਰ ਲੇਗਾ ਡਰਾਈਵਰ, ਕਹਿੰਦਾ ਮੈਂ ਕਿਹਾ ਹਾਂ, ਮੈਨੂੰ ਆਹ ਜਿੱਥੇ ਖਾਲੀ ਥਾਂ ਹੋਈ ਉੱਥੇ ਉੱਤਰ ਕੇ ਕਰਦੀ ਮੈਂ ਬੱਸ, ਮਾੜਾ ਜਿਹਾ ਪੈਰ ਜਿਹਾ ਹੀ ਮਲੂੰਗਾ ਮੈਂ, ਕੋਈ ਨਾ। ਅਤੇ ਜਦੋਂ ਮੈਂ ਉੱਤਰ ਗਿਆ ਬੱਸ ਹੀ ਸਾਰੀ ਖਾਲੀ ਹੋ ਗਈ, ਸਾਰਿਆਂ ਨੂੰ ਆਉਂਦਾ ਸੀ, ਆਉਂਦਾ ਸੀ, ਬੋਲਿਆ ਨਹੀਂ ਕੋਈ, ਬੋਲਿਆ ਨਹੀਂ ਕੋਈ। ਅਤੇ ਕਈ ਮੇਰੇ ਲਈ ਵੇਖਣ ਵੀ ਬਾਈ ਬਚਾ ਤਾ ਮਰ ਜਾਣਾ ਸੀ। ਇਹਨੂੰ ਮੈਂ ਇਹ ਗੱਲ ਆਉਣਾ ਵੀ ਤੂੰ ਜਦੋਂ ਤੂੰ ਤੁਸੀਂ ਇਹੀ ਗੱਲ ਤੈਨੂੰ ਸਮਝਾਉਣੀ ਚਾਹੁੰਦਾ ਵੀ ਤੁਸੀਂ ਮਾੜਾ ਜਿਹਾ ਕੌਨਫੀਡੈਂਸ ਲੈਵਲ ਜੇ ਬਰਾਬਰ ਆਪਣਾ ਆ ਗਿਆ ਨਾ, ਦੂਜੀ ਚੀਜ਼ ਤਾਂ ਹੈਗੀ ਆ, ਫਿਰ ਨਹੀਂ ਆਪਾਂ ਲਈਦੇ। ਇਹ ਚੀਜ਼ ਬਹੁਤ ਵੱਡੀ ਗੱਲ ਆ, ਪ੍ਰਭਾਵ ਹੀ ਅਗਲੇ ਦਾ ਡਬਲ ਪੈ ਜਾਂਦਾ ਯਾਰ। ਮੇਰੀ ਮਾਤਾ ਮੇਰੇ ਨਾਲ ਮੋਟਰਸਾਈਕਲ 'ਤੇ ਬੈਠੀ ਆ। ਅੱਛਾ, ਅਤੇ ਜਦੋਂ ਅਸੀਂ ਉੱਥੇ ਜਿਹੜੀ ਰਿਸ਼ਤੇਦਾਰੀ ਜਾਣਾ ਉੱਥੇ ਜਾ ਕੇ, ਓਹੋ ਸਾਰੇ ਰਾਹ ਬਹੁਤ ਔਖੇ ਆਈ, ਮੈਂ ਤਾਂ ਲੋਟ ਹੋ ਕੇ ਨਹੀਂ ਬੈਠਾ ਗਿਆ। ਅਤੇ ਮੈਂ ਕਿਹਾ ਤੂੰ ਕਿਰਾਏ 'ਤੇ ਕਰਾਇਆ ਸੀ, ਤੂੰ ਮੈਨੂੰ ਕਹਿੰਦਾ ਪੈ ਮੈਂ ਠੀਕ ਹੋ ਕੇ ਬੈਠਣਾ ਅਤੇ ਮੈਂ ਤੈਨੂੰ ਬਹਾ ਲੈਣਾ ਸੀ। ਸਹੀ ਗੱਲ ਆ, ਆਪਣਾ ਆਪਦਾ ਮੋਟਰਸਾਈਕਲ ਆ, ਆਪਾਂ ਕਿਸੇ ਨੂੰ ਕੁਝ ਦੇਣਾ ਨਹੀਂ ਲੈਣਾ ਨਹੀਂ, ਤੂੰ ਕਹਿ ਵੀ ਰੋਕ ਮੈਂ ਠੀਕ ਨਹੀਂ ਬੈਠੀ। ਉਹਨੂੰ ਮੈਂ ਜਲੰਧਰ ਦਵਾਈ ਦਵਾਉਣ ਜਾਂਦਾ ਰਿਹਾ, ਚੰਡੀਗੜ੍ਹ ਦਵਾਉਣ ਜਾਂਦਾ ਰਿਹਾ, ਮੈਂ ਆਖਣਾ ਮੈਨੂੰ ਤੂੰ ਜੇ ਬਾਥਰੂਮ ਆਉਂਦਾ ਕਹਿ ਬਾਥਰੂਮ ਆਉਂਦਾ, ਪਾਣੀ ਪੀਣਾ ਕਹਿ ਪਾਣੀ ਪੀਣਾ, ਰੋਟੀ ਦੀ ਭੁੱਖ ਲੱਗੀ ਤੂੰ ਆਏ ਨਹੀਂ ਪਾਪੇ ਵਾਂਗੂ ਬਈ, ਉੱਥੇ ਜਾ ਕੇ ਕਵੇਂ ਓਹੋ ਮੇਰਾ ਤਾਂ ਬੀ ਪੀ ਘੱਟ ਗਿਆ, ਮੈਂ ਤਾਂ ਭੁੱਖੀ ਸੀਗੀ। ਜਿੰਨੇ ਪੰਪ ਆ ਬਾਈ ਇਹ ਗੱਲ ਨੋਟ ਕਰਨੀ, ਮੈਨੂੰ ਪਤਾ ਨਹੀਂ ਵੀ ਇਹ ਕਾਨੂੰਨ ਹੱਕ ਹੈਗਾ ਕਿ ਨਹੀਂ ਹੈਗਾ, ਲਿਖ ਕੇ ਲਾਇਆ ਹੁੰਦਾ ਪਾਣੀ ਪੰਪ 'ਤੇ ਦੇਣਾ ਨਾ ਉਹਨਾਂ ਨੇ, ਲਾਜ਼ਮੀ ਹੈ, ਟੋਇਲੈਟ ਸੀਟ ਸਾਫ਼, ਸਾਰਾ ਕੁਛ ਸਾਫ਼ ਚਾਹੀਦਾ, ਬਿਲਕੁਲ, ਹਵਾ ਪਾਣੀ ਸਭ ਕੁਝ, ਜੇ ਨਹੀਂ ਹੈਗਾ ਉਹਨਾਂ ਦੇ ਉਹਨਾਂ ਦੇ ਕੇਸ ਦੇ ਸਕਦੇ ਆ, ਲਾਜ਼ਮੀ ਹੈ। ਅਤੇ ਸਿਆਣੇ ਬਿਆਣੇ ਟਾਈਆਂ ਲਾਈਆਂ ਹੁੰਦੀਆਂ ਅਤੇ ਘਰ ਵਾਲੀਆਂ ਖਲਿਆਰੀਆਂ ਹੁੰਦੀਆਂ, ਉਹਨਾਂ ਝਾੜੀਆਂ 'ਚ ਪੰਪ 200 ਮੀਟਰ ਦੂਰ ਹੁੰਦਾ। ਹਾਂ ਸਹੀ ਗੱਲ ਹੈ, ਇਹ ਲੋਕਾਂ ਨੂੰ ਪਤਾ ਹੀ ਨਹੀਂ, ਲੋਕਾਂ ਨੂੰ ਪਤਾ, ਇਹ ਮੈਨੂੰ ਨਹੀਂ ਪਤਾ ਵੀ ਇਹ ਕਾਨੂੰਨ ਹੱਕ ਹੈ ਕਿ ਨਹੀਂ, ਕਾਨੂੰਨ ਹੱਕ ਆ, ਜਿੱਥੇ ਪੰਪਾ ਤੁਸੀਂ ਲੈ ਕੇ ਜਾਂਦੇ ਆ ਆਪਦੀ ਭੈਣ ਆ ਮਾਤਾ ਬੇਬੇ ਆ, ਪੰਪਾਂ 'ਤੇ ਜਾਓ ਉੱਥੇ ਵਾਸ਼ਰੂਮ ਕਰੋ। ਨਹੀਂ ਹੁਣ ਤਾਂ ਉਸ ਤੋਂ ਵੀ ਵਧੀਆ ਕਾਨੂੰਨ ਇੱਕ ਹੋਰ ਵੀ ਪਾਸ ਕੀਤਾ ਹੋਇਆ, ਜਿਵੇਂ ਆਪਾਂ ਕਹਿ ਦਈਏ ਕੋਈ ਹੋਟਲ ਵਗੈਰਾ ਬਣੇ ਹੋਏ ਆ ਉੱਥੇ ਵੀ ਆਪਾਂ ਜਾ ਸਕਦੇ, ਕਾਨੂੰਨ ਜਾ ਸਕਦੇ, ਉੱਥੇ ਵੀ ਕਾਨੂੰਨ ਆ ਜਾ ਸਕਦੇ ਧੱਕੇ ਦੇ ਨਾਲ, ਇਹ ਮੈਂ ਸੁਣੀ ਸੀ ਗੱਲ। ਪਰ ਮੈਂ ਇਹ ਗੱਲ ਕਹਿੰਦਾ, ਮੈਂ ਉਹਨੂੰ ਮਾਤਾ ਨੂੰ ਕਿਹਾ, ਉਹ ਕਹਿੰਦੀ ਅਸੀਂ ਤਾਂ ਇੰਨੇ ਔਖੇ ਰਹਿੰਦੇ ਸੀ, ਆਹ ਵੀ ਕੁਛ ਹੁੰਦਾ। ਮੈਂ ਕਿਹਾ ਪੰਪ ਵਾਲਾ ਰੋਕ ਨਹੀਂ ਸਕਦਾ, ਆਪਾਂ ਉਹਨੂੰ ਟੈਕਸ ਦਿੰਦੇ, ਆਪਾਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਨਹੀਂ ਗਾ। ਚੁਟਕਲੇ ਬਣਾ ਲੈਂਦੇ ਤਾਂ ਵੀ ਅੱਗ ਦਾ ਖਤਰਾ। ਸਹੀ ਗੱਲ, ਨਹੀਂ ਬਾਈ ਮੈਂ ਨਾ ਮੈਂ ਇਹ ਚੀਜ਼ਾਂ ਥੋੜੀਆਂ ਬਹੁਤੀਆਂ ਤੁਸੀਂ ਵੇਖ ਲਿਓ, ਤੁਸੀਂ
ਫੁੱਲ ਸਿਆਣਾ ਬਹਿਣਾ ਬੰਦਾ ਹੋਊਗਾ, ਆਪਾਂ ਨੂੰ ਆਪ ਨੂੰ ਸੰਗ ਆਉਂਦੀ ਹੁੰਦੀ ਅਤੇ ਉਹ ਸਾਰਾ ਪਜਾਮਾ ਲਾ ਕੇ ਜਾਂ ਤਾਂ ਇਹਨੂੰ ਬਾਥਰੂਮ ਕਰਦਾ ਹੁੰਦਾ। ਤੁਸੀਂ 200 ਜਾਂ 400 ਮੀਟਰ ਦੇ ਨੇੜੇ ਤੇੜਾ ਆਪਣੇ ਦਾਰਾਪੁਰ ਪੰਪ ਆ, ਦਾਰਾਪੁਰੋਂ ਜੋਗੇ ਵਾਲਾ ਕਿੰਨੀ ਵੱਟ ਪੰਪ ਆ, ਜੋਗੇ ਵਾਲਾ ਡਗਰੂ ਕਿੰਨੀ ਵੱਟ ਪੰਪ ਆ, ਡਗਰੂ ਘੱਲ ਕਿੰਨੀ ਵੱਟ ਪੰਪ ਆ। ਸਹੀ ਹੈ। ਹੁਣ ਤਾਂ ਆਪਾਂ ਫਿਰ ਮੈਂ ਜਿਹੜੀ ਸਭ ਤੋਂ ਵੱਡੀ ਗਲਤੀ ਮੰਨਦਾ, ਜਿਹੜਾ ਜਵਾਕ ਮੋਟਰਸਾਈਕਲ ਮੂਹਰੇ ਵਾਹ ਕੇ ਲਿਜਾਂਦੇ ਛੋਟੇ ਬੱਚੇ, ਹਾਂ ਹਾਂ, ਹੁਣ ਮੈਂ ਪਰਸੋਂ ਚੌਥੇ ਦੀ ਗੱਲ ਹੈ, ਇੱਕ ਦਿਨ ਵੇਖਿਆ ਬਾਈ ਕਿੰਨੀ ਲੋ ਵਗਦੀ ਆ, ਹਾਂ, ਅਤੇ ਉਹਦੇ ਫੋਨ ਲਾਇਆ ਕੰਨ ਨੂੰ ਅਤੇ ਫੁੱਲ ਰੇਸ 'ਤੇ, ਮੈਂ ਕਿਹਾ ਯਾਰ ਆਪ ਨੂੰ ਔਖਾ ਇੰਨਾ ਬੱਚਾ ਯਾਰ, ਹੈ ਨਾ। ਇੱਥੇ ਪਿਛਲੀ ਵਾਰ ਦੀ ਗੱਲ ਆ, ਮੈਂ ਤਾਂ 2-3 ਕੇਸ ਵੇਖੇ, ਇੱਕ ਤਾਂ ਬੱਚੇ ਦੇ ਵੱਟੀ ਵੱਜੀ ਇੱਥੇ ਅੱਖ 'ਚ, ਟਰੱਕ ਨੇ ਮਾਰੀ, ਇੱਕ ਦੇ ਭੂੰਡ ਲੜਿਆ ਮੂੰਹ 'ਤੇ, ਅਤੇ ਬਾਕੀ ਹੋਰ ਅੱਖ 'ਚ ਕੁਛ ਪੈ ਗਿਆ, ਮੱਛਰ ਵਗੈਰਾ ਪੈ ਗਿਆ, ਮੌਤ ਸਿੱਧੀ ਮੌਤ, ਸਿੱਧੀ ਮੌਤ। ਹਾਂ, ਇਹ ਇੱਕ ਖਬਰ ਵੀ ਆਈ ਸੀ, ਕਹਿੰਦੇ ਉਹਨਾਂ ਨੇ ਜਵਾਕ ਮੂਹਰੇ ਵਾਲਿਆ ਮੋਟਰਸਾਈਕਲ ਦੇ ਬਾਅਦ 'ਚ ਵੇਖਿਆ ਹੀ ਨਹੀਂ ਠੰਡ 'ਚ, ਉਹ ਬੰਦਾ ਜਵਾਕ ਠੰਡ ਨਾਲ ਹੀ ਉਹਦੀ ਮੌਤ ਹੋ ਗਈ ਸੀ। ਹੋ ਜਾਂਦੀ ਹੁਣ ਦੀ ਖਬਰ ਆ, ਕੁਛ ਦਿਨ ਹੀ ਹੋਏ ਆ, ਵਿਆਹ 'ਤੇ ਕਿਹੇ ਹੋਟਲ 'ਚ ਗਏ, ਜਵਾਕ 2-4 ਸਾਲ ਦਾ ਗੱਡੀ ਛੱਡ ਗਏ, ਆਹੋ ਮੈਂ ਦੱਸ, ਜਵਾਕ ਐਂ ਭੁੱਲ ਜਾਂਦੇ ਯਾਰ ਲੋਕ। ਇੱਕ ਮੈਂ ਵੀਡੀਓ ਵੇਖੀ, ਉਹ ਸੱਚੀ ਖਣੀ ਝੂਠੀ, ਉਹਨੇ ਉਹ ਇੱਕ ਹੱਥ ਜਵਾਕ ਫੜਿਆ, ਫੋਨ ਕੰਨ ਨੂੰ ਲਾਇਆ, ਇੱਕ 'ਚ ਜੱਗ ਆ ਅਤੇ ਇੱਕ 'ਚ ਜਵਾਕ ਆ, ਉਹ ਜਵਾਕ ਫਰਿੱਜ 'ਚ ਲਾ ਆਉਂਦੀ ਆ, ਜੱਗ ਮੋੜ ਲਿਆਉਂਦੀ ਆ ਫੋਨ 'ਤੇ ਲੱਗੀ। ਆਹੋ, ਚਲੋ, ਪਰ ਉਹਦੇ ਪਿੱਛੇ ਸੁਨੇਹਾ ਤਾਂ ਹੈ ਨਾ, ਸੁਨੇਹਾ ਵਧੀਆ ਵਾ ਇੱਕ, ਇਹ ਹੋ ਰਿਹਾ ਕੋਈ ਸ਼ੱਕ ਨਹੀਂ, ਇਹ ਫੋਨ ਨੇ ਆਪਾਂ ਨੂੰ ਕਮਲਾ ਹੀ ਇੰਨਾ ਕਰ ਦਿੱਤਾ ਅਸਲ, ਕੋਈ ਸ਼ੱਕ ਨਹੀਂ ਉਹਦੇ ਵਿੱਚ, ਆਪਾਂ ਨਾ ਦਿਮਾਗ ਹੀ ਆਪਣਾ ਇਹਦੇ ਵਿੱਚ ਰਹਿ ਗਿਆ, ਆਪਾਂ ਪਤਾ ਹੀ ਨਹੀਂ ਕੀ ਕਰੀ ਜਾਂਦੇ ਹੁਣ, ਫੋਨ ਹੱਥ 'ਚ ਹੁੰਦਾ, ਇਹ ਗੱਲ ਕੋਈ ਸਹੀ ਗੱਲ ਹੈ। ਇਹ ਇਹ ਜਦੋਂ ਆਪਣੇ 'ਚ ਦੋ ਇਹਨੂੰ ਮੈਂ ਜੈਤਾ, ਇਹਨੂੰ ਮੈਂ ਜੇ ਕਿਤੇ ਔਡਰ ਕਰਨਾ ਨਾ, ਇਹ ਉਕੜਾ ਚਕੜਾ 'ਚ ਜੀ ਕਰੂੰ ਮੈਂ ਇਹਨਾਂ ਨੂੰ, ਤੂੰ ਜਾ ਕੇ ਕਹਿ ਹੁਣ ਮੈਨੂੰ ਆਹ ਚੀਜ਼ ਚਾਹੀਦੀ ਹੈ, ਤੂੰ ਤਾਂ ਕਹਿ ਹੀ ਸਕਦਾ, ਇਹਦੇ ਤੌਰ ਆਪਣੇ ਵਾਲੀ ਗੱਲ ਕੀਤੀ ਨਾ ਵੀ ਉਹ ਦੂਜੇ ਨੂੰ ਵੇਖਦਾ ਉਹਨੇ ਕੀ ਲਿਆ, ਹਾਂ ਉਹ ਵੀ ਨਾਲ ਦੇ ਦੇ ਸਾਰਾ, ਮੈਨੂੰ ਵੇਖ ਕੇ ਬਾਅਦ 'ਚ ਕਹਿੰਦੇ ਯਾਰ ਵੇਖਾਂ ਤੂੰ ਕੀ ਕਹਿਣਾ, ਨਹੀਂ ਨਹੀਂ ਜਾਂ ਜ਼ਿਆਦਾ ਆਇਆ ਹੁੰਦੀ ਮੈਨੂੰ ਵੇਖੀ ਜਾਣਗੇ ਵੇਖੀ ਜਾਣਗੇ, ਉਹ ਨਹੀਂ ਪਤਾ ਲੱਗਦਾ ਚੱਲ ਦਾਲ ਮੰਗਣੀ ਲਿਆ ਦੇ ਬਸ। ਆਪਣਾ ਡਾਇਲੋਗ ਇੱਕ ਹੋਰ ਵੀ ਹੁੰਦਾ ਵਾ, 500 ਰੁਪਏ ਬਾਹਰ ਅੰਦਰ ਜੋ ਜਾਂਦੇ ਆ ਕੋਈ ਵੀ ਸੱਜਣ, ਉਹਦਾ ਅਗਲਾ ਕਹਿੰਦਾ ਚਲੋ ਯਾਰ ਹੋਟਲ 'ਚ ਖਾਂਦੇ ਪੀਂਦੇ, ਫਿਰ ਅਸੀਂ ਤਾਂ ਇੱਕੋ ਹੀ ਡਾਇਲੋਗ ਹੁੰਦਾ, ਤੁਹਾਡੇ ਵੇਖ ਲਓ ਯਾਰ ਇੱਥੇ ਕਿਹੜਾ ਸਭ ਤੋਂ ਵਧੀਆ, ਸਭ ਤੋਂ ਵਧੀਆ ਜਿਹੜਾ ਤੁਹਾਡਾ ਸਪੈਸ਼ਲ ਆ ਉਹ ਦੇ ਦਿਓ ਨਾ, ਆਹੀ ਹੁੰਦਾ ਜਿਹੜਾ ਤੁਹਾਡਾ ਸਪੈਸ਼ਲ ਉਹ ਦੇ ਦਿਓ। ਇਹ ਗੱਲ ਉਹੀ ਹੈ ਨਾ, ਕੁਛ ਤਾਂ ਆਪਾਂ ਨੂੰ ਨੌਲੇਜ ਦੀ ਘਾਟ ਆ ਅਤੇ ਕੁਛ ਯਾਨੀ ਕਿ ਉਹ ਕੌਨਫੀਡੈਂਸ ਵੀ ਹੈ, ਸਹੀ ਗੱਲ ਆ ਇਹ। ਮੈਂ ਉਹ ਤੁਹਾਨੂੰ ਕੁੜੀਆਂ ਨਾ, ਕੁੜੀਆਂ ਓਵਰ ਕੌਨਫੀਡੈਂਟ, ਮੈਂ ਇਹਦੇ ਨਾਲ ਇੱਕ ਦਿਨ ਗੱਲ ਕਰਦਾ ਜੀ, ਮੈਂ ਕਿਹਾ ਜੇ ਤਾਂ ਕੁੜੀਆਂ ਜ਼ਿਆਦਾ ਕੌਨਫੀਡੈਂਟ ਤਾਂ ਹੁੰਦੀਆਂ, ਜਿਵੇਂ ਹੁਣ ਇਹ ਉਹ ਛੋਟੀ ਆ ਅਤੇ ਉਹਦੇ ਨਾਲ ਇਹ ਲੜ ਪਿਆ ਜਾਂ ਇਹ ਉਹ ਉਹਦੇ ਨਾਲ ਲੜ ਪਈ, ਅਤੇ ਮੈਂ ਉਹਨੂੰ ਕਹਿਣਾ ਲੈ ਮੇਰੇ ਝੋਟੇ ਪੋਤਰੇ ਦਾ ਨਾ ਪਤਾ ਸੀ, ਜੇ ਤਾਂ ਇਹਨੂੰ ਢਾਲਿਆ ਸੀ ਤੂੰ, ਹਾਂ ਤੂੰ ਆਹ ਕੀਤਾ ਬਾਣੀ ਨੇ ਪਾਣੀ ਬੱਲੇ ਹੋਏ ਝੋਟਿਆ, ਤੂੰ ਇੰਨਾ ਕੰਮ ਕਰਦਾ, ਉਹ ਹੁਣ ਭਾਵੇਂ ਦੀ ਗਲਤ ਵੀ ਕਰੀ ਜਾਂਦੀ, ਉਹਨੂੰ ਐਂ ਕਹੀ ਜਾਂਦੇ ਰਹਿੰਦੇ ਸਾਰੀ ਦਿਹਾੜੀ ਵੀ ਬਾਣੀ ਤਾਂ ਬਾਹਲਾ ਕੰਮ ਕਰਦੀ ਹੈ, ਉਹ ਇੰਨਾ ਉਹਨੇ ਉਦੋਂ ਤਿੱਕਰ ਜਦੋਂ ਤਿੱਕਰ ਵੱਡੀ ਹੋਣਾ ਉਹ 'ਚ ਇੰਨਾ ਕੌਨਫੀਡੈਂਸ ਆ ਜਾਣਾ ਓਵਰ ਹੀ ਵੀ ਸਾਰਾ ਕੁਝ ਮੈਂ ਹੀ ਹਾਂ, ਅਤੇ ਮੁੰਡੇ ਨੂੰ ਆਪਾਂ ਉਵੇਂ ਹੁੰਦਾ ਵੀ ਉਨਾ ਕੇ ਰੱਖਦੇ ਹਾਂ ਨਾ। ਸਹੀ, ਮੈਂ ਉਹਨੂੰ ਤਰਨ ਵੱਸਦਾ ਜੀ, ਮੈਂ ਕਿਹਾ ਕੁੜੀਆਂ ਤਾਂ ਹੀ ਓਵਰ ਕੌਨਫੀਡੈਂਟ ਹੁੰਦੀਆਂ, ਜਾਂ ਤਾਂ ਉਹ ਜਮ੍ਹਾਂ ਵਿਚਾਰੀਆਂ ਥੱਲੇ ਵਾਲੇ ਲੈਵਲ 'ਚ ਹੁੰਦੀਆਂ ਅਤੇ ਜਾਂ ਜਮ੍ਹਾਂ ਹਾਈ ਲੈਵਲ 'ਚ। ਸ਼ਹਿਰੀਆਂ ਦੇ ਜਵਾਕ ਤਾਂ ਸ਼ਹਿਰੀ ਆਪ ਦੇਖ ਲਿਓ ਤੁਸੀਂ, ਉਹਦੇ ਕੋਲੇ 5 ਰੁਪਈਏ ਜਾਂ 10 ਰੁਪਈਏ ਵੀ ਹੋਏ ਨਾ, ਉਸ ਕੌਨਫੀਡੈਂਸ ਇੰਨਾ ਹੋਊਗਾ ਗੱਲ ਹੀ ਛੱਡ ਦੇ, ਅਤੇ ਆਪਣੇ 'ਚ ਅਤੇ ਆਪਣੇ ਬਜ਼ੁਰਗਾਂ ਕੋਲੇ ਆਪਣੀ ਜੇਬ 'ਚ 1 ਲੱਖ ਰੁਪਈਆ ਵੀ ਹੋ ਗਿਆ ਨਾ, ਤੁਸੀਂ ਸਭ ਵੇ ਜਾਵੜੇ ਕਿਤੇ ਉਹ ਜੀ ਥਾਂ 'ਤੇ ਜਾਵੜੇ, ਕੌਨਫੀਡੈਂਸ ਜ਼ੀਰੋ, ਜਮ੍ਹਾਂ ਹੀ ਜੇਬ 'ਚ 1 ਲੱਖ ਰੁਪਈਆ ਅਤੇ ਪਰ ਤੁਸੀਂ ਕੋਈ ਚੀਜ਼ ਇੰਨੀ ਕੌਨਫੀਡੈਂਸ ਨਾਲ ਨਹੀਂ ਕਹਿ ਸਕਦੇ ਵੀ ਉਹ ਦੇ ਦੇ, ਉਹ ਦੇ ਦੇ, ਅਤੇ ਜਿਹੜੇ ਸ਼ਹਿਰੀਏ ਆ ਉਹਨਾਂ ਕੋਲੇ ਰੁਪਈਏ ਭਾਉਂਦੀ 10 ਹੋਣ, ਕੌਨਫੀਡੈਂਸ ਇੰਨਾ
ਬਸ ਭੁੱਕੀਆਂ ਮਿਲਦੇ ਫਿਰ ਸਾਡੇ ਤਾਂ ਬਹੁਤ ਵਧੀਆ ਹੋਈ ਆ ਜੀ ਹੈਂ ਸਾਡੇ ਤਾਂ ਖੁਦ ਹੀ ਆ ਵੀ ਤੈਨੂੰ ਮੈਂ ਨਾ ਤੂੰ ਤੂੰ ਖੁੱਲ ਕੇ ਗੱਲ ਕਰਖਾਂ ਤੂੰ ਪੰਜਾਬੀ 'ਚ ਬੋਲ ਜਿਹੜੀ ਚੀਜ਼ ਮੈਂ ਅਸੀਂ ਦਿੱਲੀ ਗਏ ਲੈਪਟੋਪ ਲੈਣ ਮੈਂ ਤੁਹਾਨੂੰ ਦੱਸਿਆ ਵੀ ਸੀ ਹਾਂ ਮੈਂ ਹੁਣ ਬਹੁਤ ਇਸ ਕੰਮ 'ਚ ਹੋਇਆ ਅਤੇ ਦਿੱਲੀਓਂ ਆਈਏ ਅਸੀਂ ਮੈਂ ਉੱਠ ਕੇ ਖੜ੍ਹਾ ਹੋ ਗਿਆ ਬੱਸ 'ਚ ਮੈਂ ਕਿਹਾ ਬਾਈ ਮੈਨੂੰ ਬਾਥਰੂਮ ਆਉਂਦਾ ਔਰ ਬੱਸ ਰੋਕ ਉਹ ਕਹਿੰਦਾ 5 ਮਿੰਟ ਵੇਟ ਕਰ ਲੇਗਾ ਡਰਾਈਵਰ ਕਹਿੰਦਾ ਮੈਂ ਕਿਹਾ ਹਾਂ ਮੈਨੂੰ ਆਹ ਜਿੱਥੇ ਖਾਲੀ ਥਾਂ ਹੋਈ ਉੱਥੇ ਉੱਤਰ ਕੇ ਕਰ ਦੀ ਮੈਂ ਬੱਸ ਮਾੜਾ ਜਿਹਾ ਪੈਰ ਜਿਹਾ ਹੀ ਮਿਲੂੰਗਾ ਮੈਂ ਕੋਈ ਨਾ ਅਤੇ ਜਦੋਂ ਮੈਂ ਉੱਤਰ ਗਿਆ ਬੱਸ ਹੀ ਸਾਰੀ ਖਾਲੀ ਹੋ ਗਈ ਸਾਰੇ ਨੂੰ ਆਉਂਦਾ ਸੀ ਆਉਂਦਾ ਸੀ ਬੋਲਿਆ ਨਹੀਂ ਕੋਈ ਬੋਲਿਆ ਨਹੀਂ ਕੋਈ ਅਤੇ ਕਈ ਮੇਰੇ ਲਈ ਵੇਖਣ ਵੀ ਬਾਈ ਬਚਾ ਤਾਂ ਮਰ ਜਾਣਾ